ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਜੀ ਮੰਡ, ਸ੍ਰੀ ਤਖਤ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਭਾਈ ਅਮਰੀਕ ਸਿੰਘ ਜੀ, ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ, ਜੋ ਕਿ ਸਰਬੱਤ ਖਾਲਸਾ ਨੇ ਇਹਨਾਂ ਨੂੰ ਜਥੇਦਾਰ ਚੁਣਿਆ ਸੀ, ਸਰਬੱਤ ਖਾਲਸਾ ਵੱਲੋਂ ਜਥੇਦਾਰ ਚੁਣੇ ਗਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਬੇਅਦਬੀ ਕੀਤੀ ਗਈ ਦੋਖੀਆਂ ਵੱਲੋਂ, ਉਸ ਦੇ ਸੰਬੰਧ ਵਿੱਚ ਮੋਰਚਾ ਲਾਇਆ ਗਿਆ ਕਿ ਉਹਨਾਂ ਨੂੰ ਸਜ਼ਾ ਦਵਾਈ ਜਾਵੇ। ਇਹ ਮੋਰਚਾ ਸਾਨੂੰ ਅੱਜ ਦੇ ਸਮੇਂ ਨੂੰ ਮੁੱਖ ਰੱਖ ਕੇ ਲਾਉਣਾ ਪਿਆ, ਕਿਉਂਕਿ ਅਸੀਂ ਮੋਰਚਿਆਂ 'ਤੇ ਵੈਸੇ ਵਿਸ਼ਵਾਸ ਨਹੀਂ ਕਰਦੇ। ਸਾਡੀ ਕੌਮ ਨੇ ਜਦੋਂ ਵੀ ਹੱਕ ਲਏ ਨੇ, ਜ਼ੁਰਤ ਨਾਲ ਲਏ ਨੇ। ਜੇ ਮੱਸੇ ਰੰਗੜ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਹੈ, ਤਾਂ ਖਾਲਸਾ ਪੰਥ ਉਸ ਵੇਲੇ ਪੰਜਾਬ ਦੀ ਧਰਤੀ ਨੂੰ ਛੱਡ ਰਾਜਸਥਾਨ ਬੁੱਢਾ ਜੌੜ ਵਿੱਚ ਸੀ, ਅਤੇ ਉੱਥੋਂ ਜਥੇਦਾਰ ਬਾਬਾ ਬੁੱਢਾ ਸਿੰਘ ਜੀ ਨੂੰ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦੀ ਖਬਰ ਪਤਾ ਲੱਗੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤਲਵਾਰ ਰੱਖ ਕੇ ਜਥੇਦਾਰ ਬਾਬਾ ਬੁੱਢਾ ਸਿੰਘ ਜੀ ਨੇ ਖਾਲਸੇ ਨੂੰ ਸੰਬੋਧਨ ਕਰਕੇ ਕਿਹਾ, ਕੌਣ ਜਾਊਗਾ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਵਾਸਤੇ? ਭਾਈ ਸੁੱਖਾ ਸਿੰਘ ਜੀ, ਭਾਈ ਮਹਿਤਾਬ ਸਿੰਘ ਜੀ, ਅਤੇ ਉਸ ਵੇਲੇ ਬੁੱਢਾ ਜੌੜ ਤੋਂ ਚੱਲ ਕੇ ਪਾਵਨ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਉਹਨਾਂ ਨੇ ਭੇਸ ਬਦਲ ਕੇ ਖਰਾਜ ਦੇਣ ਵਾਸਤੇ, ਜੋ ਕਿ ਚੌਧਰੀ ਸੀ ਛੋਟੇ ਛੋਟੇ, ਉਹ ਆਪਣੇ ਵੱਲੋਂ ਮੱਸੇ ਰੰਗੜ ਨੂੰ ਜੋ ਮਾਲੀਆ ਸੀ ਦੇਣ ਜਾਂਦੇ, ਇਹੋ ਜਿਹਾ ਭੇਸ ਬਣਾ ਕੇ ਉਹਦਾ ਸਿਰ ਕਤਲ ਕਰਕੇ ਬੁੱਢਾ ਜੌੜ ਲਿਜਾ ਕੇ ਖੁਦੋ ਖੁੰਡੀ ਖੇਡੀ। ਪਰ ਸਮੇਂ ਦੇ ਨਾਲ ਇਹ ਮੰਗ ਉੱਠਦੀ ਰਹੀ ਕਿ ਅਸੀਂ ਤਲਵਾਰ ਚੁੱਕ ਲੈਂਦੇ ਹਾਂ ਛੋਟੀ ਜਿਹੀ ਗੱਲ 'ਤੇ। ਇਸ ਕਰਕੇ ਇਹ ਮੋਰਚੇ ਸਿੰਘ ਸਾਹਿਬ ਜੀ ਉਹਨਾਂ ਨੇ ਅੱਜ ਦੇ ਸਮੇਂ ਦੀ ਗੱਲ ਨੂੰ ਸਮਝਦਿਆਂ ਲਾਏ ਕਿ ਦੇਖਿਆ ਜਾਵੇ ਕਿਸ ਹੱਦ ਤੱਕ ਇਹ ਸਰਕਾਰਾਂ ਸਾਨੂੰ ਇਨਸਾਫ ਦਵਾ ਸਕਦੀਆਂ ਨੇ, ਕਿਉਂਕਿ ਅਸੀਂ ਵੀ ਇਸ ਦੇਸ਼ ਵਿੱਚ ਵੱਸਦੇ ਹਾਂ, ਇਸ ਦੇਸ਼ ਲਈ ਸਾਡੀਆਂ ਵੱਡੀਆਂ ਕੁਰਬਾਨੀਆਂ ਨੇ, ਪਰ ਇਸ ਦੇਸ਼ ਦੇ ਵਿੱਚ ਸਾਨੂੰ ਉਹ ਮਾਣ ਸਨਮਾਨ ਨਹੀਂ ਮਿਲ ਸਕਿਆ। ਜੇ ਪ੍ਰਗਿਆ ਸਾਧਨੀ ਵਰਗੀ ਬੰਬ ਧਮਾਕੇ ਕਰਾਵੇ ਤਾਂ ਉਹਨੂੰ ਜ਼ਮਾਨਤ ਵੀ ਮਿਲਦੀ ਹੈ, ਕਲੀਨ ਚਿੱਟ ਵੀ ਮਿਲਦੀ ਹੈ, ਅਤੇ ਜੇ ਕਿਤੇ ਸਿੱਖ ਆਪਣੇ ਇਸ਼ਟ ਵਾਸਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦੇ ਲਈ ਕੋਈ ਇਹੋ ਜਿਹਾ ਕਦਮ ਚੁੱਕਦੇ ਨੇ, ਤਾਂ ਉਹਨਾਂ ਨੂੰ ਸਖ਼ਤ ਸਜ਼ਾਵਾਂ
ਦਿੱਤੀਆਂ ਜਾਂਦੀਆਂ ਨੇ ਜਾਂ ਉਹਨਾਂ ਦੀ ਲੱਤ ਦੇ ਵਿੱਚ ਟੀਕਾ ਜ਼ਹਿਰ ਦਾ ਲਾ ਦਿੱਤਾ ਜਾਂਦਾ ਹੈ ਵੀ ਹੌਲੀ ਹੌਲੀ ਇਸ ਜ਼ਹਿਰ ਦੇ ਕਾਰਨ ਹੀ ਉਹ ਸ਼ਹੀਦ ਹੋ ਜਾਣ। ਇਹ ਇੱਥੇ ਦੀਆਂ ਹਿੰਦੁਸਤਾਨ ਦੀਆਂ ਸਰਕਾਰਾਂ ਦੀ ਚਾਲ ਹੈ, ਪਰ ਇਹ ਜਿਹੜਾ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੈਦਾ ਕੀਤਾ, ਖਾਲਸੇ ਕਦੇ ਝੁਕਣਾ ਨਹੀਂ, ਖਾਲਸੇ ਨੇ ਕਦੇ ਮੁੱਕਣਾ ਨਹੀਂ, ਕਿਉਂਕਿ ਖਾਲਸਾ ਇੱਕ ਐਸਾ ਸ਼ਬਦ ਹੈ ਜਿਹਦੇ ਅੰਦਰ ਸ਼ੁੱਧਤਾ ਸਰੂਪ ਹੈ, ਜਿਹਦੀ ਗੱਲ ਗੁਰਬਾਣੀ ਕਰਦੀ ਹੈ। ਸਭ ਤੋਂ ਵੱਡਾ ਮੂਰਖ ਅਤੇ ਮਹਾਪਾਪੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕਰਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਸਲੀਅਤ ਦੇ ਰਹੇ ਨੇ, ਸਾਨੂੰ ਇਨਸਾਨੀਅਤ ਦੇ ਰਹੇ ਨੇ, ਸਾਡੇ ਅੰਦਰ ਭਾਈਚਾਰਕ ਦੀ ਸਾਂਝ ਪੈਦਾ ਕਰਦੇ ਨੇ। ਲੇਖ ਲਿਖਿਆ ਸੀ ਡਾਕਟਰ, ਸਾਡੇ ਦੇਸ਼ ਦਾ ਹੀ ਰਾਸ਼ਟਰਪਤੀ ਸੀ ਦਿਆਲ, ਉਹਨੇ ਉਹ ਕਹਿੰਦਾ ਵੀ ਜੇ ਪੂਰੀ ਦੁਨੀਆ ਦੇ ਵਿੱਚ ਤੁਸੀਂ ਅਮਨ ਅਤੇ ਸ਼ਾਂਤੀ ਚਾਹੁੰਦੇ ਹੋ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਿਧਾਂਤ ਲਾਗੂ ਹੋ ਜਾਵੇ, ਪੂਰੀ ਦੁਨੀਆ 'ਚ ਅਮਨ ਅਮਾਨ ਅਤੇ ਸ਼ਾਂਤੀ ਹੋ ਸਕਦੀ ਹੈ, ਕਿਉਂਕਿ ਇੱਥੇ ਸਭ ਗੱਲਾਂ ਸਤਿਗੁਰੂ ਜੀ ਨੇ ਪ੍ਰਗਟ ਕਰਕੇ ਸਾਨੂੰ ਦੱਸੀਆਂ ਨੇ। ਇਸੇ ਕਰਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ ਗੁਰੂ ਕਲਗੀਧਰ ਪਿਤਾ ਬਾਣੀ ਦਾ ਪ੍ਰਚਾਰ ਕਰਦੇ ਰਹੇ, ਇਸੇ ਬਾਣੀ ਦੇ ਸਾਨੂੰ ਲੜ ਲਾਇਆ। ਇਸ ਬਾਣੀ ਨੂੰ ਜੇ ਅਸੀਂ ਪੜ੍ਹਾਂਗੇ ਕਹਿੰਦਾ ਫਿਰ ਸਾਨੂੰ ਸੋਝੀ ਆਉਣੀ ਹੈ, ਮੂਰਖ ਅਤੇ ਉਹ ਮਹਾਂਪਾਪੀਆਂ ਨੇ ਐਸਾ ਘਰਾਉਣਾ ਕੰਮ ਕੀਤਾ ਚੰਦ ਪੈਸਿਆਂ ਦੇ ਬਦਲੇ, ਜਾਂ ਸਿੱਖ ਕੌਮ ਨੂੰ ਠੇਸ ਦੇਣ ਵਾਸਤੇ, ਜਾਂ ਰਾਜਨੀਤਿਕ ਲੋਕਾਂ ਨੇ ਆਪਣਾ ਕੁਛ ਮਸਲਾ ਹੱਲ ਕਰਨਾ ਹੁੰਦਾ ਇਹਦੇ ਕਾਰਨ ਇਹੋ ਜਿਹੇ ਕੁਛ ਕਰਾਉਂਦੇ ਨੇ। ਪਰ ਜਿਹੜਾ ਖਾਲਸਾ ਪੰਥ ਹੈ ਕਦੇ ਮੁੱਕਣ ਵਾਲਾ ਨਹੀਂ, ਖਾਲਸੇ ਨੇ ਕਦੇ ਝੁਕਣਾ ਨਹੀਂ, ਖਾਲਸੇ ਦੇ ਨੇ ਕਦੇ ਮੁੱਕਣਾ ਨਹੀਂ, ਕਿਉਂਕਿ ਖਾਲਸੇ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਹ ਸਪਿਰਿਟ ਜਿਹੜਾ 1699 ਦੀ ਵਿਸਾਖੀ ਨੂੰ ਸਾਡੇ ਅੰਦਰ ਸਤਿਗੁਰੂ ਜੀ ਨੇ ਅੰਮ੍ਰਿਤ ਦੀ ਦਾਤ ਦੇ ਕੇ ਪੈਦਾ ਕਰ ਦਿੱਤਾ, ਉਹ ਸਾਡੇ ਅੰਦਰ ਸਾਡੀਆਂ ਰਗਾਂ 'ਚ ਉਹ ਖੂਨ ਹੈ। ਇਸ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲੜ ਲਾਇਆ। ਅੱਜ ਥਾਂ ਥਾਂ 'ਤੇ ਬੇਅਦਬੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਨੇੜੇ ਸਾਡੇ ਸਾਹਨੇਵਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਹੋਈ, ਉਸ ਕੁੱਬੇ ਨਗਰ ਦੇ ਗੁਰਸਿੱਖ ਨੇ ਜਾ ਕੇ ਥਾਣੇ 'ਚ ਉਹਨੂੰ ਗੋਲੀ ਮਾਰੀ, ਉਹਨੂੰ ਉੱਥੇ ਉਹਦਾ ਫਲ ਭੁਗਤਾ ਦਿੱਤਾ। ਇਹ ਦੇਖਿਆ ਜਾਊਗਾ ਵੀ ਇਹ ਸਰਕਾਰਾਂ ਜੇ ਸਾਡੀ ਅਮਨ ਅਮਾਨ ਦੀ ਗੱਲ ਨੂੰ ਮੰਨਦੀਆਂ ਨੇ ਠੀਕ ਹੈ, ਅਤੇ ਨਹੀਂ ਫਿਰ ਅਸੀਂ ਲੈਣਾ ਬਦਲਾ ਜਾਣਦੇ ਹਾਂ, ਕਿਉਂਕਿ ਅਸੀਂ ਕਦੇ ਕਿਸੇ 'ਤੇ ਭਾਜੀ ਪਾਈ ਨਹੀਂ ਅਤੇ ਉਹਦੀ ਭਾਜੀ ਦੂਣੀ ਕਰਕੇ ਮੋੜੀ ਹੈ, ਅਤੇ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ। ਇਹ ਜਿਹੜਾ ਮੋਰਚਾ ਕਿਸੇ ਪਾਰਟੀ ਵੱਲੋਂ ਨਹੀਂ, ਕਿਸੇ ਮਨੁੱਖ ਵੱਲੋਂ ਨਹੀਂ, ਇਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੈ। ਸਿੱਖ ਦਾ ਸਿੱਖ ਨੂੰ ਹੁਕਮ ਹੈ ਕਿ ਉਹ ਅਕਾਲ ਤਖ਼ਤ ਦੇ ਅੱਗੇ ਆਪਣਾ ਆਪ ਸਮਰਪਣ ਕਰ ਦੇਵੇ। ਸ੍ਰੀ ਅਕਾਲ ਤਖ਼ਤ ਦੇ ਹੁਕਮ ਨੂੰ ਮੰਨਦੇ ਹੋਏ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਵੱਧ ਚੜ੍ਹ ਕੇ ਅਸੀਂ ਜਿਹੜਾ ਵੀ ਸਹਿਯੋਗ ਸਾਡਾ ਬਣਦਾ ਉਹ ਵੱਧ ਚੜ੍ਹ ਕੇ ਅਸੀਂ ਸਹਿਯੋਗ ਦਈਏ, ਤਾਂ ਕਿ ਇਹ ਜਿਹੜਾ ਮੋਰਚਾ ਸਫਲ ਹੋ ਸਕੇ। ਸਰਕਾਰ ਜਿਹੜੀ ਸੁੱਤੀ ਪਈ ਹੈ ਉਹ ਜਾਗ ਜਾਵੇ, ਹੈ ਤਾਂ ਉਹ ਵੀ ਸਾਡੇ ਸਿੱਖ ਹੀ ਨੇ ਅਖਵਾਉਣ ਵਾਲੇ, ਪਰ ਉਹ ਆਪਣੀ ਕੁਰਸੀ ਦੇ ਲਾਲਚ ਨੂੰ ਤਿਆਗ ਨਹੀਂ ਛੱਡ ਸਕੇ। ਉਹਨਾਂ ਦੇ ਉੱਪਰ ਸਦਾ ਹੀ ਜਿਵੇਂ ਵਜ਼ੀਰ ਖਾਂ ਦੇ ਉੱਪਰ ਚਿੰਨ੍ਹ ਸਵਾਲ ਉੱਠਦੇ ਨੇ ਕਿ ਇਹਨਾਂ ਨੇ ਇਹੋ ਜਿਹੀਆਂ ਘਰਾਉਣੀਆਂ ਹਰਕਤਾਂ ਕੀਤੀਆਂ ਨੇ, ਪਾਪੀ ਨੇ। ਇਸੇ ਤਰ੍ਹਾਂ ਹੀ ਬਾਦਲ ਕਾ ਜਿੰਨਾ ਵੀ ਟੋਲਾ
ਇਹ ਅੱਜ ਸਾਡੇ ਪ੍ਰਬੰਧ ਦੇ ਉੱਪਰ ਕਾਬਜ ਹੋਇਆ ਪਿਆ। ਤਾਂ ਹੀ ਤਾਂ ਇਹ ਸਾਰੀ ਜਿਹੜੀ ਬੇਅਦਬੀ ਦੀ ਗੱਲ ਹੋਈ ਹੈ ਇਹਨਾਂ ਦੇ ਰਾਜ ਵਿੱਚ ਹੋਈ ਹੈ। ਸਿੱਖਾਂ ਦਾ ਰਾਜ ਹੋਵੇ ਜਿਹਨੂੰ ਕਹਿੰਦੇ ਹੁਣ ਵੀ ਸਿੱਖ ਸਰਕਾਰ ਹੋਵੇ, ਇਹ ਮਾਣ ਨਾਲ ਕਹਿੰਦੇ ਹੁਣ, ਇਹ ਤਾਂ ਇੱਕ ਭੇਸ ਹੀ ਧਾਰਨ ਕੀਤਾ ਇਹਨਾਂ ਨੇ ਲਿਬਾਸ, ਪਰ ਸਿੱਖੀ ਵਾਲੀ ਇਹਨਾਂ ਦੇ ਵਿੱਚ ਕੋਈ ਗੱਲ ਨਹੀਂ ਸੀ। ਨਹੀਂ, ਜੇ ਸਿੱਖ ਹੁੰਦੇ ਇੱਦਾਂ ਦੀ ਗੱਲ ਹੋਏ ਨਹੀਂ ਸੀ ਸਕਦੀ, ਇਹਨਾਂ ਦਾ ਆਪਣਾ ਫਰਜ਼ ਬਣਦਾ ਸੀ। ਇਸ ਕਰਕੇ ਸਾਨੂੰ ਸਾਰਿਆਂ ਨੂੰ ਲੋੜ ਹੈ ਇਕੱਠੇ ਹੋਣ ਦੀ, ਇੱਕ ਮੰਚ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਰਬੱਤ ਖਾਲਸਾ ਵੱਲੋਂ ਉਹ ਚੁਣੇ ਗਏ ਨੇ ਜਿਹੜੇ ਆਪਣੀ ਜਾਨ ਦੇ ਸਕਦੇ ਨੇ ਧਰਮ ਲਈ। ਜਿਵੇਂ ਅਕਾਲੀ ਫੂਲਾ ਸਿੰਘ ਜੀ ਜਥੇਦਾਰ ਸੀ, ਉਹਨਾਂ ਨੇ ਆਪਣੀ ਜਾਨ ਦੇ ਦਿੱਤੀ ਹੈ, ਕਿਹਾ ਅਰਦਾਸ ਕੀਤੀ ਹੈ ਪਿੱਛੇ ਨਹੀਂ ਮੁੜਨਾ। ਸੇਰੇ ਪੰਜਾਬ ਨੇ ਕਿਹਾ ਸੀ ਹਜੇ ਫੌਜਾਂ ਲੇਟ ਪਹੁੰਚਣਗੀਆਂ, ਆਪਾਂ ਕੁਛ ਸਮਾਂ ਵੇਟ ਕਰ ਲਈਏ, ਕਹਿੰਦੇ ਨਹੀਂ ਅਰਦਾਸ ਕਰ ਚੁੱਕੇ ਹੈ, ਹੁਣ ਮੁਕਾਬਲਾ ਕੀਤਾ ਜਾਵੇਗਾ। ਇਸੇ ਤਰ੍ਹਾਂ ਹੁਣ ਸਾਡੀ ਆਹਮੋ ਸਾਹਮਣੇ ਦੀ ਲੜਾਈ ਹੈ ਸਰਕਾਰ ਦੇ ਨਾਲ, ਤੇ ਸਾਨੂੰ ਇਕੱਤਰ ਹੋਣ ਦੀ ਜ਼ਰੂਰਤ ਹੈ। ਸਾਡੀਆਂ ਜਿੰਨੀਆਂ ਵੀ ਛੋਟੀਆਂ ਮੋਟੀਆਂ ਗੱਲਾਂ ਨੇ ਉਹਨਾਂ ਨੂੰ ਦੂਰ ਕਰਕੇ ਇਹ ਸਾਡੇ ਇਸ਼ਟ ਸਾਡੇ ਪਿਤਾ, ਜਿਵੇਂ ਗੁਰੂ ਸਾਹਿਬ ਜੀ ਸਾਨੂੰ ਬਾਣੀ ਵਿੱਚ ਕਹਿੰਦੇ ਨੇ ਤੂੰ ਮੇਰਾ ਪਿਤਾ, ਸਾਡੇ ਪਿਤਾ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਸਾਨੂੰ ਬਾਣੀ 'ਚ ਸਮਝਾਉਂਦੇ ਨੇ, ਜੇ ਸਾਡੇ ਦੁਨਿਆਵੀ ਪਿਤਾ ਦੀ ਕੋਈ ਬੇਇੱਜ਼ਤੀ ਕਰੇ ਕਿ ਨਾ ਤਾਂ ਅਸੀਂ ਉਹਦਾ ਬਦਲਾ ਲੈਂਦੇ ਹਾਂ, ਜੇ ਨਾ ਬਦਲਾ ਲੈ ਸਕੀਏ ਤਾਂ ਉਹਨੂੰ ਕਹਿੰਦੇ ਨੇ ਇਹਦੀ ਅਣਖ ਮਰੀ ਹੋਈ ਹੈ। ਅਤੇ ਇਸੇ ਤਰ੍ਹਾਂ ਸਾਡਾ ਪਿਤਾ ਇਹ ਇੱਕ ਪਾਰਟੀ ਜਾਂ ਕਿਸੇ ਚੰਦ ਬੰਦਿਆਂ ਦੀ ਗੱਲ ਨਹੀਂ, ਸਾਡਾ ਸਭ ਦਾ ਫਰਜ਼ ਬਣਦਾ ਹੈ। ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਚੜ੍ਹ ਕੇ ਬਰਗਾੜੀ ਦਾ ਜਿਹੜਾ ਮੋਰਚਾ ਲੱਗਿਆ ਇਹਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਇਹਨਾਂ ਸਾਰੇ ਜਥੇਦਾਰਾਂ ਨੂੰ ਜਿਨ੍ਹਾਂ ਨੂੰ ਸਰਬੱਤ ਖਾਲਸੇ ਨੇ ਬਣਾਇਆ ਚੁਣਿਆ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸੁਚੱਜੀ ਸਾਨੂੰ ਅਗਵਾਈ ਦੇ ਰਹੇ ਨੇ। ਸਾਨੂੰ ਇਹਨਾਂ ਦੀ ਅਗਵਾਈ ਵਿੱਚ ਚੱਲਣਾ ਚਾਹੀਦਾ ਹੈ। ਸਾਰਾਗੜ੍ਹੀ ਦਾ ਜੇ ਇਤਿਹਾਸ ਦੇਖੀਏ ਅਗਵਾਈ ਕਰਨ ਵਾਲਾ ਚੰਗਾ ਸੀ। ਚਮਕੌਰ ਦੀ ਗੜ੍ਹੀ ਦੀ ਜੇ ਗੱਲ ਕਰੀਏ ਕਹਿੰਦੇ ਇਹ ਜੰਗ ਲੜਨੀ ਮੁਸ਼ਕਲ ਸੀ, 40 ਤੇ 10 ਲੱਖ, ਅਗਵਾਈ ਕਰਨ ਵਾਲਾ ਜਿਹੜਾ ਸੀ, ਅਗਵਾਈ ਦੇ ਉੱਪਰ ਹੀ ਗੱਲ ਹੈ। ਸਾਡੀ ਅਗਵਾਈ ਸੁਚੱਜੇ ਢੰਗ ਨਾਲ ਕੀਤੀ ਜਾਂਦੀ ਹੈ, ਇਹ ਮੋਰਚਾ ਸਾਡਾ ਸਫਲ ਹੋਵੇਗਾ। ਸਾਨੂੰ ਵੱਧ ਚੜ੍ਹ ਕੇ ਸਹਿਯੋਗ ਦੇਣ ਦੀ ਲੋੜ ਹੈ। ਸਾਰੀਆਂ ਸੰਗਤਾਂ ਨੂੰ ਇਹੀ ਅਪੀਲ ਹੈ, ਸਾਰੀਆਂ ਸੰਗਤਾਂ ਦਾ ਧੰਨਵਾਦ। ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਨੇ, ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਜਸਵਿੰਦਰ ਸਿੰਘ ਜੀ ਨੇ